ਸੰਸਕਾਰ ਤੁਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਹਾਂ ਜਤਿੰਦਰ ਸਿੰਘ ਪਹਿਲਾ ਪੇਸ਼ ਨੇ ਝੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮ ਬੰਗਾਲ ਅਤੇ ਉੜੀਸ਼ਾ ਦੇ ਦੌਰੇ ਦੌਰਾਨ ਅੰਫਨ ਮਹਾਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਗਈ ਨਰਿੰਦਰ ਮੋਦੀ ਨੇ ਪੱਛਮ ਬੰਗਾਲ ਲਈ 1000 ਕਰੋੜ ਅਤੇ ਉੜੀਸ਼ਾ ਲਈ 500 ਕਰੋੜ ਰੁਪਏ ਦੀ ਅਗਾਊਂ ਅੰਤ੍ਰਿਮ ਸਹਾਇਤਾ ਦੇਣ ਦਾ ਐਲਾਨ ਕੀਤਾ ਦੇਸ਼ ਵਿਆਪੀ ਲਾਕਡਾਊਨ ਕਾਰਨ ਅਰਥਚਾਰੇ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਕਈ ਐਲਾਨ ਆਰਬੀਆਈ ਨੇ ਰੈਪੋ ਰੇਟ ਵਿੱਚ 0.4 ਫੀਸਦੀ ਕਟੌਤੀ ਕੀਤੀ ਰਿਵਰਸ ਰੈਪੋ ਰੇਟ ਨੂੰ ਘਟਾ ਕੇ 3.35 ਫੀਸਦੀ ਕੀਤਾ ਗਿਆ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਓਸੀਆਈ ਕਾਰਡ ਧਾਰਕਾਂ ਦੀਆਂ ਝੂਣਮੀਆਂ ਸ਼੍ਰੇਣੀਆਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦਿੱਤੀ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 1,118,000 ਤੋਂ ਪਾਰ ਹੋਈ ਪਿਛਲੇ 24 ਘੰਟਿਆਂ ਦੌਰਾਨ 3334 ਕਰੋਨਾ ਮਰੀਜ਼ ਸਿਹਤਯਾਬ ਹੋਏ ਕਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 41% ਤੱਕ ਪਹੁੰਚੀ ਹੁਣ ਤੱਕ 2317 ਸ਼ਰਮਿਕ ਵਿਸ਼ੇਸ਼ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ 31 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਾਇਆ ਗਿਆ ਵੰਦੇ ਭਾਰਤ ਮਿਸ਼ਨ ਤਹਿਤ ਮਲੇਸ਼ੀਆ ਤੇ ਕੈਨੇਡਾ ਵਿੱਚ ਫਸੇ 295 ਭਾਰਤੀਆਂ ਨੂੰ ਲੈ ਕੇ 에어 ਇੰਡੀਆ ਦੀਆਂ ਦੋ ਵਿਸ਼ੇਸ਼ ਉਡਾਣਾਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੋਮੰਤਰੀ ਹਵਾਈ ਅੱਡੇ ਤੇ ਪਹੁੰਚੀਆਂ ਮੁਸਾਫਿਰਾਂ ਨੇ ਆਪਣੇ ਵਤਨ ਪੁੱਜਣ ਤੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਅਮਰੀਕਾ ਵਿੱਚ ਫਸੇ 100 ਭਾਰਤੀਆਂ ਨੂੰ ਲੈ ਕੇ 에어 ਇੰਡੀਆ ਦਾ ਵਿਸ਼ੇਸ਼ ਜਹਾਜ਼ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚਿਆ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਦਰਜਨਾ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਚੱਕਰਵਾਤੀ ਤੂਫਾਨ ਅਮਫਨ ਨਾਲ ਪ੍ਰਭਾਵਿਤ ਪੱਛਮ ਬੰਗਾਲ ਸੂਬੇ ਲਈ 1000 ਕਰੋੜ ਰੁਪਏ ਦੀ ਅਗਾਊਂ ਅੰਤ੍ਰਿਮ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਪੱਛਮ ਬੰਗਾਲ ਦੇ ਦੌਰੇ ਤੇ ਗਏ ਪ੍ਰਧਾਨ ਮੰਤਰੀ ਨੇ ਰਾਜਪਾਲ ਜਗਦੀਪ ਤਨਖੜ ਅਤੇ ਮੁੱਖ ਮੰਤਰੀ ਬੰਮਤਾ ਬੇਨਰਜੀ ਨਾਲ ਵਿਨਾਸ਼ਕਾਰੀ ਚੱਕਰਵਾਤੀ ਤੂਫਾਨ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨ ਲਈ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਸ਼ੀਰ ਹਾਟ ਵਿੱਚ ਸਮੀਖਿਆ ਮੀਟਿੰਗ ਕੀਤੀ ਅਤੇ ਚੱਕਰਵਾਤੀ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਇਸ ਮਗਰੋਂ ਜਾਰੀ ਕੀਤੇ ਗਏ ਇੱਕ ਵੀਡੀਓ ਮੈਸੇਜ ਵਿੱਚ ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਲਈ ਕੇਂਦਰੀ ਰਾਹਤ ਦਾ ਐਲਾਨ ਕੀਤਾ ਉਹਨਾਂ ਵੱਲੋਂ ਚੱਕਰਵਾਤੀ ਤੂਫਾਨ ਆਮਫਨ ਕਾਰਨ ਮੱਚੀ ਤਬਾਹੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਆਮਫਨ ਚੱਕਰਵਾਤੀ ਤੂਫਾਨ ਕਾਰਨ ਹੁਣ ਤੱਕ ਪੱਛਮ ਬੰਗਾਲ ਵਿੱਚ ਘਟੋ-ਘਟ 77 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਾਨੀ ਨੁਕਸਾਨ ਤੋਂ ਇਲਾਵਾ ਸੂਬੇ ਦੇ ਉੱਤਰ ਅਤੇ ਦੱਖਣ ਪਰਗਨਾ ਜ਼ਿਲ੍ਹਿਆਂ ਪੂਰਬੀ ਅਤੇ ਪੱਛਮੀ ਮੈਦਨਾਪੁਰ ਕੋਲਕਾਤਾ ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ ਵਿੱਚ ਸਰਕਾਰੀ ਅਤੇ ਨਿੱਜੀ ਜਾਇਦਾਦ ਅਤੇ ਮੂਲ ਢਾਂਚੇ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸੀਬਤ ਦੀ ਇਸ ਔਖੀ ਘੜੀ ਵਿੱਚ ਸਾਰਾ ਦੇਸ਼ ਅਤੇ ਕੇਂਦਰ ਪੱਛਮ ਬੰਗਾਲ ਦੇ ਲੋਕਾਂ ਦੇ ਨਾਲ ਖੜਾ ਹੈ ਕਾਮ ਜੋ ਇਸ ਸੰਕਟ ਦੀ ਘੜੀ ਮੇ ਰਾਜ ਸਰਕਾਰ ਕੋ ਕਠਿਨਾਈ ਨਾ ਹੋ ਇਸ ਕੇ ਲਈ ਇੱਕ ਐਡਵਾਂਸ ਅਸਿਸਟੈਂਸ ਕੇ ਰੂਪ ਮੈਂ एक हजार करोड़ रुपया भारत सरकार की तरफ से व्यवस्था की जाएगी साथ साथ जिन परिवारों ने अपने स्वजन खोए हैं उन परिवारों को प्रधानमंत्री राहत कोष से दो लाख रुपया और जिन लोगों को इंजरी हुई है उनको पचास हजार रुपये तक की सहायता देने का भी हम प्रधानमंत्री राहत कोष से करेंगे ਪਛਮ ਬੰਗਾਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਫਨ ਚੱਕਰਵਾਤ ਨਾਲ ਪ੍ਰਭਾਵਿਤ ਇੱਕ ਹੋਰ ਸੂਬੇ ਉੜੀਸ਼ਾ ਦੇ ਦੌਰੇ ਤੇ ਪੁਬਨੇਸ਼ਵਰ ਪਹੁੰਚੇ। ਉਹਨਾਂ ਸੂਬੇ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਅੰਫਨ ਚੱਕਰਵਾਤੀ ਤੂਫਾਨ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ। ਪ੍ਰਧਾਨ ਮੰਤਰੀ ਨੇ ਉੜੀਸ਼ਾ ਵਿੱਚ ਰਾਹਤ ਅਤੇ ਪੁਨਰਵਾਸ ਦੇ ਕੰਮਾਂ ਲਈ 500 ਕਰੋੜ ਰੁਪਏ ਦੀ ਅੰਤ੍ਰਿਮ ਸਹਾਇਤਾ ਦਾ ਐਲਾਨ ਕੀਤਾ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਅੱਜ ਰੈਪੋ ਰੇਟ ਵਿੱਚ 0.4% ਕਟੌਤੀ ਕਰਨ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਆਰਬੀਆਈ ਵੱਲੋਂ ਰਿਵਰਸ ਰੈਪੋ ਰੇਟ ਨੂੰ ਘਟਾ ਕੇ 3.35% ਕਰ ਦਿੱਤਾ ਗਿਆ ਆਰਬੀਆਈ ਦੇ ਗਵਰਨਰ ਸ਼ਫੀਕਾ ਅੰਦਾਸ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੱਡੇ ਐਲਾਨ ਕੀਤੇ ਉਹਨਾਂ ਕਿਹਾ ਕਿ ਮਹਿੰਗਾਈ ਦਰ ਅਜੇ ਵੀ 4% ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ ਪਰ ਲਾਕਡਾਊਨ ਕਰਕੇ ਇਹ ਵੱਧ ਸਕਦੀ ਹੈ ਆਰਬੀਆਈ ਨੇ ਮੋਰਟੋਰੀਅਮ 31 ਅਗਸਤ ਤੱਕ ਲਈ ਵਾਦਾ ਦਿੱਤਾ ਹੈ ਜੋ ਪਹਿਲਾਂ 31 ਮਈ ਤੱਕ ਲਈ ਸੀ 3 ਮਹੀਨੇ ਲੋਨ ਮੋਰਟੋਰੀਅਮ ਵਿੱਚ ਵਾਅਦੇ ਕਾਰਨ ਹੁਣ 6 ਮਹੀਨੇ ਦੇ ਮੋਰਟੋਰੀਅਮ ਦੀ ਸਹੂਲਤ ਹੋ ਗਈ ਹੈ ਯਾਨੀ ਇਹਨਾਂ 6 ਮਹੀਨਿਆਂ ਵਿੱਚ ਜੇ ਕੋਈ ਲੋਕ ਆਪਣੀ ਲੋਨ ਦੀ ਕਿਸ਼ਤ EMI ਨਹੀਂ ਚੁਕਾ ਪਾਉਂਦੇ ਤਾਂ ਉਹਨਾਂ ਨੂੰ ਡਿਫਾਲਟਰ ਜਾਂ NPA ਸ਼੍ਰੇਣੀ ਵਿੱਚ ਨਹੀਂ ਮੰਨਿਆ ਜਾਵੇਗਾ ਸ਼ਸ਼ੀਕਾਂ ਦਾਸ ਨੇ ਦੱਸਿਆ ਕਿ MPC ਦੀ ਮੀਟਿੰਗ ਦੌਰਾਨ ਮੈਂਬਰਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਦੇ ਪੱਖ ਵਿੱਚ ਸਹਿਮਤੀ ਜਤਾਈ ਉਹਨਾਂ ਦੱਸਿਆ ਕਿ ਇਸ ਫੈਸਲੇ ਨਾਲ ਹੋਮ ਲੋਨ ਕਾਰ ਲੋਨ ਪਰਸਨਲ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਤੇ EMI ਸਸਤੀ ਹੋਵੇਗੀ RBI ਗਵਰਨਰ ਸ਼ਸ਼ੀਕਾਂ ਦਾਸ ਦੀ ਅਗਵਾਈ ਵਾਲੀ MPC ਨੇ ਪਿਛਲੀ ਵਾਰ 27 ਮਾਰਚ ਨੂੰ ਰੈਪੋ ਦਰ ਵਿੱਚ 0.75 ਫੀਸਦੀ ਦੀ ਕਮੀ ਕਰਦੇ ਹਾਂ ਇਸ ਨੂੰ 4.14 ਫੀਸਦੀ ਕਰ ਦਿੱਤਾ ਸੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਸ਼ੀकांत ਦਾਸ ਨੇ ਖਾਤਿਆ ਜ਼ਾਹਰ ਕੀਤਾ ਕਿ ਚਾਲੂ مالی ਸਾਲ ਵਿੱਚ ਜੀਡੀਪੀ ਵਿਕਾਸ ਦਰ ਨੈਗੇਟਿਵ ਰਹਿ ਸਕਦੀ ਹੈ ਉਹਨਾਂ ਨੇ ਕਿਹਾ ਕਿ ਲਾਕਡਾਊਨ ਕਾਰਨ ਮਹਿੰਗਾਈ ਵੀ ਵੱਧ ਸਕਦੀ ਹੈ on the quantum of reduction the mpc voted with a 5 is to 1 majority to reduce the policy repo rate by 40 basis points

ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਓਸੀਆਈ ਕਾਰਡ ਧਾਰਕਾਂ ਦੀਆਂ ਚੋਣਵੀਆ ਸ਼੍ਰੇਣੀਆਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕ ਪਰਿਵਾਰਕ ਐਮਰਜੈਂਸੀ ਹੋਣ ਤੇ ਭਾਰਤ ਆ ਸਕਦੇ ਨੇ। ਇਸ ਤੋਂ ਇਲਾਵਾ ਨਾਬਾਲਗ ਬੱਚੇ ਜਿਨ੍ਹਾਂ ਦੇ ਮਾਪੇ ਭਾਰਤੀ ਨੇ ਅਤੇ ਪਤੀ-ਪਤਨੀ ਜਿਨ੍ਹਾਂ ਵਿੱਚੋਂ ਇੱਕ ਓਸੀਆਈ ਕਾਰਡ ਧਾਰਕ ਅਤੇ ਇੱਕ ਭਾਰਤੀ ਨਾਗਰਿਕੇ ਉਹ ਵੀ ਭਾਰਤ ਵਾਪਸ ਆ ਸਕਦੇ ਨੇ। ਗ੍ਰਹਿ ਮੰਤਰਾਲੇ ਦੇ ਹੁਕਮ ਮੁਤਾਬਕ ਯੂਨੀਵਰਸਟੀਆਂ ਦੇ ਉਹ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਭਾਰਤ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਦੇਸ਼ ਵਿੱਚ ਦਾ ਦੋ ਸੀਆਈ ਕਾਰਡ ਧਾਰਕਾਂ ਨੂੰ ਭਾਰਤ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਸੀ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 1,118,000 ਤੋਂ ਪਾਰ ਹੋ ਗਈ ਹੈ। ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸਿਹਤ ਮੰਤਰਾਲਾ ਦੇ ਬੁਲਾਰੇ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਵੇਂ ਕੋਵਿਡ-19 ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਿੱਚ ਵੀ ਲਗਾਤਾਰ ਸੁਧਾਰ ਦੇਖਿਆ ਜਾ ਰਿਹਾ ਹੈ। ਇਸ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਹੁਣ 41% ਤੱਕ ਪਹੁੰਚ ਗਈ ਹੈ। ਉਹਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 3234 ਕੋਰੋਨਾ ਮਰੀਜ਼ ਸਿਹਤਯਾਬ ਹੋਏ ਨੇ। ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦਰ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਇਹ ਦਰ 19 ਮਈ ਨੂੰ 3.13% ਸੀ ਜਦਕਿ ਹੁਣ ਮੌਤ ਦਰ 3.02% ਤੇ ਆ ਗਈ ਹੈ। ਇਸ ਦਾ ਕਾਰਨ ਇਸ ਮਹਾਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮ ਅਤੇ ਕੋਰੋਨਾ ਕੇਸਾਂ ਦੇ ਡਾਕਟਰੀ ਪ੍ਰਬੰਧ ਨੇ। वह अब घटकर 3.02 परसेंट हो चुका है हमारा फोकस उन स्टेट्स और डिस्ट्रिक्ट्स पर है जहाँ पर कि ज़्यादा केसेस रिपोर्ट हुए हैं हम स्टेट्स के साथ मिलकर वहाँ पर कंटेनमेंट और क्लिनिकल मैनेजमेंट ऑफ केसेस पर फोकस कर रहे हैं ਪ੍ਰੈਸ ਕਾਨਫਰੰਸ ਦੌਰਾਨ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਕਿਹਾ ਕਿ ਭਾਰਤ ਵਿੱਚ ਲੱਗੇ ਲੋਕਡਾਊਨ ਕਾਰਨ ਅਸੀਂ ਬਹੁਤ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਕਾਮਯਾਬ ਹੋਏ ਹਾਂ ਉਹਨਾਂ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਕੁਝ ਖੇਤਰਾਂ ਤੱਕ ਸੀਮਤ ਰਹੀ ਕੋਰੋਨਾ ਵਾਇਰਸ ਦੇ 70% ਮਾਮਲੇ 10 ਸ਼ਹਿਰਾਂ ਤੱਕ ਸੀਮਤ ਨੇ ਨੀਤੀ ਆਯੋਗ ਦੇ ਮੈਂਬਰ ਨੇ ਦੱਸਿਆ ਕਿ ਛੇਤੀ ਲੋਕਡਾਊਨ ਲਗਾਉਣ ਕਾਰਨ ਭਾਰਤ 14 ਤੋਂ 29 ਲੱਖ ਤੱਕ ਕੋਵਿਡ-19 ਦੇ ਕੇਸਾਂ ਨੂੰ ਟਾਲਣ ਵਿੱਚ ਕਾਮਯਾਬ ਰਿਹਾ ਹੈ ਅਤੇ ਲੋਕਡਾਊਨ ਕਾਰਨ 37,000 ਤੋਂ 78,000 ਤੱਕ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ ਮਹਾਨ ਇੱਕ ਫੈਸਲਾ ਜੋ ਹੋਇਆ पब्लिक हेल्थ के लिए भारत में जो एक बहुत बड़ा फैसला लिया गया और देश ने उसको निभाया लॉकडाउन का फैसला जिसके हम फोर्थ फेज में हैं उससे जो हमें गेन्स हुए हैं हमें जो फायदा मिला है पेंडेमिक को कंट्रोल करने का और अपनी तैयारी पूरी करने का उसको हम आपके सामने संक्षिप्त में प्रस्तुत करेंगे भारत ने यह फैसला सोच के लिया प्रधानमंत्री जी ने इसको इस पॉइंट पे लिया जो अर्ली था टाइमली था बहुत हालात खराब होने से पहले लिया गया बहुत सारे देशों ने यह फैसले लिए लगभग सारे ही देशों ने लिए एक तरह से कहा ਰੇਲਵੇ ਨੇ 1 ਮਈ ਤੋਂ ਲੈ ਕੇ ਹੁਣ ਤੱਕ 2317 ਵਿਸ਼ੇਸ਼ ਸ਼ਰਮਿਕ ਰੇਲਗੱਡੀਆਂ ਰਾਹੀਂ 31 ਲੱਖ ਤੋਂ ਵੱਧ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਾਇਆ ਹੈ। ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ 80% 24 ਲੱਖ ਮਿਥਿਆ ਗਿਆ ਸੀ ਪਰ ਮੌਜੂਦਾ ਸਮੇਂ ਟੀਚੇ ਤੋਂ 7 ਲੱਖ ਵੱਧ ਯਾਤਰੀਆਂ ਨੂੰ ਵੱਖ-ਵੱਖ ਸੂਬਿਆਂ ਤੱਕ ਭੇਜਿਆ ਗਿਆ ਹੈ। ਰੇਲਵੇ ਨੇ ਦੱਸਿਆ ਕਿ ਸੂਬਾ ਸਰਕਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਟੀਚੇ ਨਿਰਧਾਰਿਤ ਕੀਤੇ ਗਏ ਸਨ ਪਰ ਬਾਅਦ ਵਿੱਚ ਲੋਡ ਮੁਤਾਬਕ ਸ਼ਰਮਿਕ ਰੇਲ ਗੱਡੀਆਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਵਿੱਚ ਫਸੇ ਲੋਕਾਂ ਦੀ ਅਸਲ ਗਿਣਤੀ ਬਾਰੇ ਅਜੇ ਵੀ ਮੁਕੰਮਲ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਰੇਲਵੇ ਨੇ ਦੱਸਿਆ ਹੈ ਕਿ ਯਾਤਰੀਆਂ ਨੂੰ ਲਿਆਉਣ ਲਿਜਾਣ ਦੇ ਖਰਚ ਵਿੱਚ 85% ਹਿੱਸਾ ਰੇਲਵੇ ਵੱਲੋਂ ਅਤੇ 15% ਸਬੰਧਤ ਸੂਬਿਆਂ ਵੱਲੋਂ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰੇਕ ਵਿਸ਼ੇਸ਼ ਸ਼ਰਮਿਕ ਰੇਲ ਗੱਡੀ ਦਾ ਖਰਚ ਲਗਭਗ 80 ਲੱਖ ਰੁਪਏ ਆਉਂਦਾ ਹੈ। ਵਨਦਰ ਸਿਆਲਕੇ ਰੇਲਵੇ ਦੇ ਵੱਖ-ਵੱਖ ਜ਼ੋਨਾਂ ਨੂੰ ਪ੍ਰਵਾਸੀਆਂ ਦੀ ਨਿਕਾਸੀ ਲਈ ਲੱਖਾਂ ਬੇਨਤੀ ਪੱਤਰ ਪ੍ਰਾਪਤ ਹੋ ਰਹੇ ਨੇ ਜਿਸ ਬੰਦੀ ਰੇਲਵੇ ਨੇ ਸਬੰਧਤ ਸੂਬਾ ਸਰਕਾਰਾਂ ਨਾਲ ਤਾਲਮੇਲ ਬਣਾਇਆ ਹੈ 31 ਲੱਖ ਪ੍ਰਵਾਸੀ ਕਾਮਿਆਂ ਵਿੱਚੋਂ 12 ਲੱਖ ਇਕੱਲੇ ਯੂਪੀ ਤੱਕ ਪਹੁੰਚਾਏ ਗਏ ਨੇ ਜਦਕਿ 7 ਲੱਖ ਮਜ਼ਦੂਰ ਪਿਤਰੀ ਸੂਬੇ ਬਿਹਾਰ ਤੱਕ ਪਹੁੰਚੇ ਨੇ ਲੌਕਡਾਊਨ ਕਾਰਨ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿੱਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਬੰਦੇ ਭਾਰਤ ਮਿਸ਼ਨ ਤਹਿਤ ਅੱਜ ਮਲੇਸ਼ੀਆ ਅਤੇ ਕੈਨੇਡਾ ਤੋਂ ਵੱਖ-ਵੱਖ ਉਡਾਣਾ ਰਹੀ 295 ਪੰਜਾਬੀ ਵਤਨ ਪਰਤੇ ਏਅਰ ਇੰਡੀਆ ਦੀ ਪਹਿਲੀ ਵਿਸ਼ੇਸ਼ ਉਡਾਣ ਅੱਜ ਤੜਕੇ 3 ਵਜੇ ਸ਼੍ਰੀ ਗੁਰੂ ਰਾਮਦਾਸ ਕੋ ਮੰਤਰੀ ਹਵਾਈ ਅੱਡੇ ਤੇ ਪਹੁੰਚੀ ਜਿਸ ਵਿੱਚ ਸਵਾਰ ਅੰਮ੍ਰਿਤਸਰ ਨਾਲ ਸੰਬੰਧਿਤ 40 ਲੋਕਾਂ ਸਮੇਤ 95 ਪੰਜਾਬੀ ਆਪਣੇ ਗ੍ਰਹਿ ਸੂਬੇ ਪਰਤੇ ਇਹ ਉਹ ਲੋਕ ਨੇ ਜੋ ਪਿਛਲੇ ਸਮੇਂ ਦੌਰਾਨ ਮਲੇਸ਼ੀਆ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਕੰਮਕਾਰ ਲਈ ਉੱਥੇ ਗਏ ਸਨ ਪਰ ਕੋਵਿਡ-19 ਕਾਰਨ ਲੱਗੇ ਲਾਕਡਾਊਨ ਕਰਕੇ ਉੱਥੇ ਰੁਕਣ ਲਈ ਮਜਬੂਰ ਹੋ ਗਏ। ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਸਾਰਿਆਂ ਦੀ ਡਾਕਟਰੀ ਜਾਂਚ ਉਪਰੰਤ ਇਹਨਾਂ ਨੂੰ ਇਕਾਂਤਵਾਸ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ। ਕੁਝ ਲੋਕਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਹੋਟਲਾਂ ਵਿੱਚ ਭੇਜਿਆ ਗਿਆ ਜਿੱਥੇ ਇਕਾਂਤਵਾਸ ਲਈ ਉਹ ਹੋਟਲ ਦਾ ਖਰਚਾ ਖੁਦ ਸਹਿਣ ਕਰਨਗੇ। ਸਵੇਰੇ 8 ਵਜੇ ਕੈਨੇਡਾ ਦੇ ਵੈਨਕੂਵਰ ਤੋਂ ਵੀ ਉੱਥੇ ਫਸੇ 200 ਭਾਰਤੀਆਂ ਨੂੰ ਲੈ ਕੇ 에어 ਇੰਡੀਆ ਦੀ ਵਿਸ਼ੇਸ਼ ਉਡਾਣ ਅੰਮ੍ਰਿਤਸਰ ਪੁੱਜੀ ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ ਇਹਨਾਂ ਮੁਸਾਫਰਾਂ ਨੂੰ ਵੀ ਮੁੱਢਲੀ ਜਾਂਚ ਤੋਂ ਬਾਅਦ ਵੱਖ-ਵੱਖ ਇਕਾਂਤਵਾਸ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਇਹਨਾਂ ਦੇ ਕੋਰੋਨਾ ਸੈਂਪਲ ਲਏ ਜਾਣਗੇ ਜੇਕਰ ਇਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਂਦੀਆਂ ਨੇ ਤਾਂ ਇਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਇਕਾਂਤਵਾਸ ਲਈ ਭੇਜ ਦਿੱਤਾ ਜਾਵੇਗਾ ਅੱਜ ਦੇਰ ਰਾਤ ਵੀ ਆਸਟ੍ਰੇਲੀਆ ਦੇ ਮੈਲਬੌਰਨ ਅਤੇ ਕੈਨੇਡਾ ਦੇ ਟੋਰਾਂਟੋ ਤੋਂ 400 ਦੇ ਕਰੀਬ ਭਾਰਤੀ ਵਾਪਸ ਆਉਣਗੇ ਅੱਜ ਸਵੇਰੇ ਪਹੁੰ ਇਸੇ ਦੇ ਜਿਹੀ ਤੇਰੇ ਬ੍ਰਦਰਿੰਗ ਲਾਗੂ ਰਹੀ ਸੀ ਉਸ ਤੋਂ ਬਾਦੋ ਲਾਕਡਾਊਨ ਦਾ ਪੀਰੀਅਡ ਆ ਗਿਆ ਤੇ ਸਾਰੇ ਫਸਕੇ ਸਨ ਸਾਰੇ 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 ਬੜਾ ਮੁਸ਼ਕਿਲ ਸੀ ਕਿ ਕਿਸ਼ ਨੂੰ ਕਿਸ਼ ਨੂੰ ਇਧਰ ਨੂੰ ਕੋਈ ਆਬਦੀ ਬੜੀ ਕੋਸ਼ਿਸ਼ ਤੇ ਕਾਫੀ ਦੇਰ ਲਈ ਇੰਨੇ ਚਿਰ ਦੇ ਕੈਪਟਨ ਖਾਲੀ ਵਾਪਸ ਆਏ ਹਾਂ ਜੀ ਕੋਈ ਪ੍ਰੋਬਲਮ ਨਹੀਂ ਜੀ ਉਹ ਬਿਲਕੁਲ ਠੀਕ ਨੇ ਕਵਾਰਨਟਾਈਨ ਦੇ ਬੜਾ ਜੋ ਰੂਲ ਹੈ ਉਹਦੇ ਹਿਸਾਬ ਨਾਲ ਕਰਨਾ ਪਿਆ ਉਹ ਫੋਲੋ ਕਰਾਂਗੇ ਜੀ ਕਿ ਉਹਨਾਂ ਨੇ ਉਹ ਕੌਂਸੂਲੇਟ ਜਿਹੜਾ ਨਾ ਵੈਂਕੂਵਰ ਦਾ ਉਹਨਾਂ ਨੇ ਕਹਾ ਤਕਿਬੀ ਆਪ ਜੋ ਹੈ ਨਾ ਜੋ ਜਾਣਾ ਚਾਹੁੰਦੇ ਹੈ ਆਪਣਾ ਅਪਲਾਈ ਕਰ ਦੋ ਉਹਨਾਂ ਨੇ ਅਪਲਾਈ ਕੀਤਾ ਤਾਂ ਦੋ ਦਿਨ ਪਹਿਲੇ ਹੀ ਪਤਾ ਲਗਾ ਅਮੇਤੀ ਵੀ ਉਹਨਾਂ ਦਾ ਨੰਬਰ ਆ ਗਿਆ ਫਲਾਈਟ ਦੇ ਅੰਦਰ 에어 ਇੰਡੀਆ ਦੀ ਫਲਾਈਟ ਹੈ ਪੈਸੇ ਤਾਂ ਜੋ ਕੰਮ ਮਤਲਬ 45-40 ਹਜ਼ਾਰ ਦਾ ਤਾਂ ਉਹ 2-2 ਲੱਖ ਰੁਪਏ ਦਾ ਕੰਮ ਹੋਇਆ ਤਾਂ ਕਵਾਰਨਟਾਈਨ ਵੰਦੇ ਭਾਰਤ ਮਿਸ਼ਨ ਤਹਿਤ ਅਮਰੀਕਾ ਵਿੱਚ ਫਸੇ 100 ਭਾਰਤੀਆਂ ਨੂੰ ਲੈ ਕੇ 에어 ਇੰਡੀਆ ਦਾ ਜਹਾਜ਼ ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਹਵਾਈ ਅੜੇ ਤੇ ਉਤਰਿਆ ਇਨ੍ਹਾਂ ਯਾਤਰੀਆਂ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਯਾਤਰੀ ਵੀ ਸ਼ਾਮਲ ਸਨ ਇਹਤੇ ਪਹੁੰਚੇ ਸਾਰੇ ਹੀ ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਗਏ ਹਵਾਈ ਅੱਡੇ ਤੇ ਉਹਨਾਂ ਦਾ ਤਾਪਮਾਨ ਚੈੱਕ ਕਰਨ ਤੋਂ ਇਲਾਵਾ ਉਹਨਾਂ ਦੇ ਹੱਥ ਸੈਨੀਟਾਈਜ਼ ਵੀ ਕੀਤੇ ਗਏ ਬਾਅਦ ਵਿੱਚ ਇਹਨਾਂ ਮੁਸਾਫਰਾਂ ਨੂੰ ਇਕਾਂਤਵਾਸ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਚੰਡੀਗੜ੍ਹ ਹਵਾਈ ਅੱਡੇ ਤੇ ਉਤਰਨ ਸਮੇ ਇਹਨਾਂ ਮੁਸਾਫਰਾਂ ਨੇ ਉਹਨਾਂ ਨੂੰ ਵਤਨ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਸੀਂ ਕਿ ਆਪਣਾ ਕੰਪਰਮਾਈਜ਼ ਕਰਕੇ ਤੇ ਅਸੀਂ ਇਹ ਕਰਾਂਟੈਂਨ ਕਰਾਂਗੇ ਤੇ ਇਹਨਾਂ ਵਾਰ ਸੁਭੀ ਆਰਾਮੋਦੀ ਜੀ ਨੇ ਸਾਢੇ 12 ਸੋਚਾ ਸਾਡੀ ਫੈਮਲੀ ਪਰ ਚੰਡੀਗੜ੍ਹ 에어ਪੋਰਟ ਦੇ ਸੀਈਓ ਅਜੇ ਕੁਮਾਰ ਨੇ ਦੱਸਿਆ ਹੈ ਕਿ 30 ਮਈ ਨੂੰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਉਡਾਣ ਚੰਡੀਗੜ੍ਹ ਹਵਾਈ ਅੱਡੇ ਤੇ ਉਤਰੇਗੀ ਉਹਨਾਂ ਦੱਸਿਆ ਕਿ ਬੰਦੇ ਭਾਰਤ ਮਿਸ਼ਨ ਤਹਿਤ ਹਵਾਈ ਅੱਡੇ ਤੇ ਪਹੁੰਚਣ ਵਾਲੀਆਂ ਸਾਰੀਆਂ ਉਡਾਣਾਂ ਲਈ ਕੋਵਿਡ-19 ਪ੍ਰੋਟੋਕੋਲ ਤਹਿਤ ਸਾਰੇ ਇੰਤਜ਼ਾਮ ਕੀਤੇ ਗਏ ਨੇ एयरपोर्ट ऑपरेशंस के लिए जो ये स्पेशल फ़्लाइट जो चल रही है जिसमें हम अपने जो हमारे बाहर या चीज जो फंसे हुए थे उनको एयर इंडिया के थ्रू ला रहे हैं तो आज फ्लाइट के लिए सारे इंतजाम एकदम रेडी हैं सारी एजेंसीज इंटरनल एक्सटर्नल जिसमें पंजाब पुलिस है हमारा इमिग्रेशन डिपार्टमेंट है कस्टम्स डिपार्टमेंट है सी है हम ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮੌਕੇ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਜੈਵਿਕ ਵਿਭਿੰਨਤਾ ਅਤੇ ਕੁਦਰਤ ਦੀ ਮਹੱਤਤਾ ਬਾਰੇ ਜਾਗਰੂਕਤਾ ਲਈ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬਿਨਾਰ ਦਾ ਮੁੱਖ ਵਿਸ਼ਾ ਕੁਦਰਤ ਵਿੱਚ ਸਾਡੀਆਂ ਸਮੱਸਿਆਵਾਂ ਦੇ ਹੱਲ ਸੀ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾਕਟਰ ਨੀਲੀਮਾ ਜੈਰਾਤ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਦਾ ਵਿਸ਼ਵ ਸਰਮਾਏ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਸ ਨਾਲ ਸਾਡੇ ਵਾਤਾਵਰਣ ਦੇ ਤੰਤਰ ਵਿੱਚ ਸਿਰਫ ਸਥਿਰਤਾ ਅਤੇ ਖੁਰਾਕ ਸੁਰੱਖਿਆ ਹੀ ਯਕੀਨੀ ਨਹੀਂ ਬਣਦੀ ਸਗੋਂ ਵਪਾਰ ਅਤੇ ਵਣਜ ਤੇ ਵੀ ਪਿਛਲੇ ਸਮਿਆਂ ਦੌਰਾਨ ਉਹਨਾਂ ਕਹਿਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਜੀਵ ਅਤੇ ਪੇੜ ਪੌਦਿਆਂ ਦੀ ਤਬਾਹੀ ਹੋਈ ਅਤੇ ਕਈ ਪ੍ਰਜਾਤੀਆਂ ਦਾ ਨੁਕਸਾਨ ਹੋਇਆ ਡਾਕਟਰ ਨੀਲੀਮਾ ਜੈਰਤ ਨੇ ਕਿਹਾ ਕਿ ਅੱਜ ਕੋਵਿਡ ਮਹਾਮਾਰੀ ਦੇ ਇਸ ਦੌਰ ਵਿੱਚ ਮਨੁੱਖ ਲਈ ਕੁਦਰਤ ਪ੍ਰਤੀ ਲਗਾ ਦੀ ਮਹੱਤਤਾ ਹੋਰ ਵੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਉਹਨਾਂ ਕਿਹਾ ਕਿ ਜੈਵ ਵਿਭਿੰਨਤਾ ਕੋਵਿਡ 19 ਵਿਰੁੱਧ ਸਾਡੀ ਜੰਗ ਵਿੱਚ ਇੱਕ ਵਧੀਆ ਸਾਧਨ ਹੋ ਸਕਦਾ ਹੈ ਪੰਜਾਬ ਸਰਕਾਰ ਦੇ ਸਾਇੰਸ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਆਲੋਕ ਸ਼ੇਖਰ ਨੇ ਆਪਣੇ ਵਿਸ਼ੇਸ਼ ਸੁਨੇਹੇ ਵਿੱਚ ਕਿਹਾ ਕਿ ਜੇ ਜੈਵਿਕ ਵਿਭਿੰਨਤਾ ਕਾਇਮ ਰੱਖੀ ਜਾਵੇ ਤਾਂ ਅਸੀਂ ਕੋਵਿਡ-19 ਵਰਗੀ ਮਹਾਂਮਾਰੀ ਦਾ ਟਾਕਰਾ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਾਂਗੇ ਕੇਂਦਰ ਸਰਕਾਰ ਦੇ ਵਾਤਾਵਰਣ ਜੰਗਲਾਤ ਅਤੇ ਪਾਣ ਪਾਣੀ ਤਬਦੀਲੀ ਵਿਭਾਗ ਦੇ ਸ joint ਸਕੱਤਰ surjit kumar banerji ਨੇ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਸਾਂਭ ਹੀ ਵਿਸ਼ਵ ਪੱਧਰ ਤੇ ਮਨੁੱਖਤਾ ਨੂੰ ਦਰਪੇਸ਼ ਕਈ ਤਰ੍ਹਾਂ ਦੀਆਂ ਵਿੰਗਾਰਾਂ ਦਾ ਜਵਾਬ ਹੈ ਉਨਾ ਕਹਿਆ ਕਿ ਭਾਵੇਂ ਟੈਕਨੋਲੋਜੀ ਦਾ ਬਹੁਤ ਵਿਸਾਰ ਹੋਇਆ ਹੈ ਪਰ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਜਿਵੇਂ ਕਿ ਭੋਜਨ ਦਵਾਈਆਂ ਰੋਜ਼ੀ-ਰੋਟੀ ਆਦ ਵਾਲੇ ਪਾਸੇ ਵੱਲ ਜੈਵਿਕ ਵਿਭਿੰਨਤਾ ਦੀ ਮਹੱਤਤਾ ਨੂੰ ਪਛਾਣਨ ਦੀ ਲੋੜ ਹੈ ਅੱਜ ਦੇ ਇਸ ਵੈਬਿਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਤੇ ਮਾਹਰਾਂ ਨੇ ਸ਼ਿਰਕਤ ਕੀਤੀ ਅਤੇ ਜੈਵ ਵਿਭਿੰਨਤਾ ਦੀ ਮਹੱਤਤਾ ਦੇ ਜਾਣਨਾ ਪਾਇਆ ਸੀਮਾ ਸੁਰੱਖਿਆ ਵਾਲ ਨੇ ਫਿਰੋਜ਼ਪੁਰ ਸੈਕਟਰ ਵਿੱਚ ਕੰਡੇਆਲੀ ਤਾਰ ਨੇੜੇੋਂ 1 ਕਿਲੋ 900 ਗ੍ਰਾਮ ਹੈਰੋਇਨ 280 ਗ੍ਰਾਮ ਅਫੀਮ ਤੋਂ ਇਲਾਵਾ ਕੁਝ ਹਥਿਆਰ ਅਤੇ ਗੋਲੀ ਸਿਕਾਵੀ ਬਰਾਮਦ ਕੀਤਾ ਹੈ। ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਜਲੰਧਰ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਬੀਐਸਐਫ ਵੱਲੋਂ ਕੀਤੀ ਗਈ ਕਾਰਵਾਈ ਨਾਲ ਨਸ਼ੀਲੇ ਪਦਾਰਥਾਂ ਨੂੰ ਭਾਰਤ ਵਾਲੇ ਪਾਸੇ ਭੇਜਣ ਨੂੰ ਰੋਕਣ ਵਿੱਚ ਵੱਡੀ ਸਫਲਤਾ ਮਿਲੀ ਹੈ। ਬੀਐਸਐਫ ਅਧਿਕਾਰੀ ਨੇ ਦੱਸਿਆ ਹੈ ਕਿ ਫਿਰੋਜ਼ਪੁਰ ਸੈਕਟਰ ਵਿੱਚ ਬੀਐਸਐਫ ਦੀ 116 ਬਟਾਲੀਅਨ ਦੇ ਜਵਾਨਾਂ ਨੇ ਕੰਡੇਆਲੀ ਤਾਰ ਲਾਗਿਓ 2 ਲੀਟਰ ਦੀਆਂ ਪਲਾ ਦੇੰਤੇ ਪੰਜ ਜ਼ਿੰਦਾ ਘਾਤ ਉਸ ਵੀ ਬ੍ਰਹਾਮਤ ਕੀਤੇ ਗਏ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਯਾਤਰੀ ਹਵਾਈ ਜਹਾਜ਼ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਹਾਦਸਾ ਗ੍ਰਸਤ ਹੋ ਗਿਆ ਇਸ ਜਹਾਜ਼ ਵਿੱਚ ਅਮਲੇ ਦੇ ਮੈਂਬਰਾਂ ਸਮੇਤ ਕੋਲ 107 ਯਾਤਰੀ ਮੌਜੂਦ ਸਨ ਸਥਾਨਕ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਾਚੀ ਦੇ ਜਿੰਨਾ ਕੌਮਾਂਤਰੀ ਹਵਾਈ ਅੱਡੇ ਤੇ ਉਤਰਨ ਤੋਂ ਪਹਿਲਾਂ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਉਨਾ ਦੱਸਿਆ ਕਿ ਜਹਾਜ਼ ਦੇ ਕੈਪਟਨ ਵੱਲੋਂ ਹਵਾਈ ਅੱਡੇ ਦੇ 에ਅਰ ਟ੍ਰੈਫਿਕ ਟਾਵਰ ਨੂੰ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਗਈ ਸੀ ਜਿਸ ਮਗਰੋਂ ਉਹ ਕਰਾਚੀ ਦੇ ਮਲੀਰ ਇਲਾਕੇ ਵਿੱਚ ਘਰਾਂ ਦੀਆਂ ਛੱਤਾਂ ਉੱਪਰ ਜਾ ਡੇਗਾ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬਲਟਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ